In a shocking incident, six patients, including five COVID-19 patients, died at a private hospital last night due to shortage of oxygen. The hospital authorities said that they had been facing the shortage of oxygen for the last 48 hours. Sir, five patients COVID ਦੇ ਗਏ ਸੀ। ਵੈਸੇ ਕਾਰਨ ਸਾਰਿਆਂ ਦਾ ਛੇਵਾਂ ਦਾ ਆਕਸੀਜਨ ਦੀ ਨੋਨ ਸਪਲਾਈ ਵਾਸਤੇ ਹੈਗਾ। ਸਰ, ਲਾਸਟ 48 ਆਵਰ ਤੋਂ ਅਸੀਂ ਪ੍ਰਸ਼ਾਸਨ ਨੂੰ, ਨੋਡਲ ਅਫਸਰ ਨੂੰ, ਸਾਡੇ ਜਿਹੜੇ ਆਕਸੀਜਨ ਸਪਲਾਈ ਕਰਦੇ ਪਏ ਆਪਾਂ ਉਹਨਾਂ ਨੂੰ ਵੀ ਕੋਂਸਟੈਂਟ ਰਿਕੁਐਸਟ ਕਰਦੇ ਰਹੇ ਕਿ ਸਾਨੂੰ ਸਪਲਾਈ ਦਿੱਤੀ ਜਾਵੇ। ਪੇਸ਼ੈਂਟ ਸਿੱਕ ਹੈਗੇ ਨੇ, ਪੇਸ਼ੈਂਟ ਸਿੱਕ ਹੈਗੇ ਨੇ, ਕਿਸੇ ਨੇ ਸਾਡੀ ਸੁਣਵਾਈ ਨਹੀਂ ਸੁਣੀ। ਜਿੰਨੇ ਪੇਸ਼ੈਂਟ ਸੀ ਉਹਨਾਂ ਕੋਲ ਆਪਾਂ ਸਾਰਿਆਂ ਨੂੰ ਕੰਸੈਂਟ ਲਿੱਤੀ ਕਿ ਤੁਹਾਡੇ ਕੋਲ ਸਾਨੂੰ ਆਕਸੀਜਨ ਨਹੀਂ ਮਿਲਦੀ ਵੀ 24 ਘੰਟੇ ਆਪਾਂ ਇੰਤਜ਼ਾਮ ਜਿੰਨਾ ਵੀ ਹੋ ਸਕਦਾ, ਕਿਸੇ ਕੋਲ 2 ਸਿਲੰਡਰ ਮੰਗ ਕੇ, ਕਿਸੇ ਕੋਲ 3 ਸਿਲੰਡਰ ਮੰਗ ਕੇ ਗੁਜ਼ਾਰਾ ਕੀਤਾ। ਪਰ ਅਲਟੀਮੇਟਲੀ ਜਦੋਂ ਸਾਡੀ ਬੱਸ ਹੋ ਗਈ, ਆਪਾਂ ਸਾਰੇ ਪੇਸ਼ੈਂਟ ਕੋਲ ਕੰਸੈਂਟ ਲੈਣੀ, ਯੂ ਕੈਨ ਮੂਵ ਫਰੋਮ ਟੂ ਐਨੀ ਹੋਸਪਿਟਲ। ਹੈਲਥ ਡਿਪਾਰਟਮੈਂਟ ਨੂੰ ਨੋਡਲ ਅਫਸਰ ਪਰ ਪ੍ਰੋਪਰ ਮੇਲ ਕੀਤੀ ਗਈ ਹੈ ਉਹਨਾਂ ਨੂੰ। ਉਹ ਕਹਿੰਦੇ ਜਿੱਥੇ ਸਰ ਸਪਲਾਈ ਕਾਰਨ ਉੱਥੇ ਪੁਲਿਸ ਬੈਠੀ ਅਜੇ ਵੀ ਬੈਠੀ, ਤੁਸੀਂ ਜਾਓ ਜਿੱਥੇ ਆਕਸੀਜਨ ਸਪਲਾਈ ਹੈ ਉੱਥੇ ਗਾਰਡਾਂ ਬਣਾਈਆਂ ਕਿ ਸਿਲੰਡਰ ਬਾਹਰ ਇੱਕ ਨਹੀਂ ਜਾਏਗਾ। ਅਤੇ ਮੈਂ ਤਾਂ ਇਹੋ ਕਿਹਾ ਸੀ ਕਿ ਜੇ ਪ੍ਰਸ਼ਾਸਨ ਨੂੰ ਇਹ ਹੁਣ ਵੀ ਇਹੋ ਰਿਕੁਐਸਟ ਹੈਗੀ ਹੈ ਕਿ ਜੇ ਇਹਨਾਂ ਨੂੰ ਬਾਹਰ ਸਿਲੰਡਰ ਨਹੀਂ ਦੇਣਾ ਗਾ, ਇੱਕ ਸਾਨੂੰ ਨੋਟੀਫਿਕੇਸ਼ਨ ਜਾਰੀ ਕਰਤੀ ਜਾਵੇ ਕਿ ਤੁਸੀਂ ਕੋਵਿਡ ਪੇਸ਼ੈਂਟ ਨਹੀਂ ਪਾਉਣਾ ਗਾ ਅਨਲੈਸ ਐਂਡ ਅਨਟਿਲ ਸਾਡੇ ਕੋਲ ਆਕਸੀਜਨ ਦੀ ਪੂਰਤੀ ਨਹੀਂ ਹੁੰਦੀ। ਮੇਰੇ ਉਹ ਚਾਚੀ ਜੀ ਸੀ, ਮੈਂ ਬਟਾਲੇ ਲੱਗੇ, ਸਾਡਾ ਪਿੰਡ ਆ ਡਾਲੇ ਚੱਕ, ਧਿਆਨਪੁਰ ਕੋਟਲੀ ਦੇ ਕੋਲ ਪੈਂਦਾ। ਉਹਨਾਂ ਥੋੜ੍ਹੀ ਜਿਹੀ ਨਾ ਸਾਹ ਦੀ ਪ੍ਰੋਬਲਮ ਸੀ ਸ਼ੁਰੂ ਤੋਂ ਹੀ, ਉਹਨਾਂ ਨੇ ਅਸੀਂ ਤਾਂ ਦਾਖਲ ਕਰਾਏ, ਕਹਿੰਦੇ ਕਿ ਉਹਨਾਂ ਦੇ ਆਕਸੀਜਨ 90-95 ਚਾਹੀਦੀ ਹੈ, ਅਤੇ ਕੋਈ ਨਾ ਥੋੜ੍ਹੀ ਜਿਹੀ ਮੈਡੀਸਿਨ ਕਰਵਾਓ, ਠੀਕ ਹੋ ਜਾਣ। ਅੱਜ ਸਰ ਸਵੇਰੇ ਇੰਨਾ 2:30 ਵਜੇ, ਇੱਕ ਰਾਤ ਸਮਝ ਲਓ 11-12 ਵਜੇ ਇਹਨਾਂ ਆਕਸੀਜਨ ਘੱਟਦੀ ਪਈ ਸੀ, ਅਤੇ ਆਉਂਦੇ 3 ਵਜੇ ਸਾਡੇ ਕੋਲ ਗੱਡੀ ਆਈ ਨਹੀਂ, ਇਹਨਾਂ ਗੱਡੀ ਨਹੀਂ ਪਹੁੰਚੀ, ਉਹਦੇ ਕਰਕੇ ਸਰ ਉਹਨਾਂ ਦੀ ਡੈਥ ਹੋ ਗਈ। ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਦੀ ਲਾਪਰਵਾਹੀ ਕਰਕੇ ਹੋਸਪਿਟਲ 'ਤੇ ਹੋਈ ਹੈ। ਸਰ ਰਾਤ ਕੋਈ ਡਾਕਟਰ ਨਹੀਂ ਅਵੇਲੇਬਲ ਸੀ ਇਹਨਾਂ ਕੋਲ,